ਪੰਜਾਬ ਦੇ ਅੰਦਰ ਚੋਰੀਆਂ ਦਾ ਮਾਮਲਾ ਥੰਮਦਾ ਨਜ਼ਰ ਨਹੀਂ ਆ ਰਿਹਾ। ਆਏ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੀ ਚੋਰੀ ਨੂੰ ਲੈ ਕੇ ਨਿਊਜ਼ ਆਉਂਦੀਆਂ ਰਹਿੰਦੀਆਂ ਨੇ। ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਸਾਹਿਬ, ਜਿੱਥੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਆ ਕਿ ਉਹਨਾਂ ਨੂੰ CCTV ਕੈਮਰਿਆਂ ਦਾ ਵੀ ਡਰ ਨਹੀਂ ਹੈ। ਜੀ ਹਾਂ ਬਿਲਕੁਲ ਜੀ, ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਕਾਲੇ ਰੋਡ 'ਤੇ ਸਥਿਤ ਘਰ 'ਚ ਹੀ ਬਣੀ ਕ੍ਰਿਸ਼ਨਾ ਇਲੈਕਟ੍ਰੋਨਿਕਸ ਏਵਮ ਸਟੀਲ ਫਰਨੀਚਰ ਸਟੋਰ ਦੀ, ਜਿੱਥੇ ਚੋਰਾਂ ਨੇ ਕੱਲ੍ਹ ਰਾਤ ਚੋਰੀ ਕੀਤੀ ਹੈ। ਕਰੀਬ 5 ਲੱਖ ਰੁਪਏ ਦੀ ਨਗਦੀ ਤੇ ਬਹੁਤ ਸਾਰੇ ਗਹਿਣੇ ਚੁਰਾ ਕੇ ਉਹ ਭੱਜ ਗਏ ਨੇ। ਲੇਕਿਨ ਜਾਂਦੇ ਜਾਂਦੇ CCTV ਕੈਮਰੇ ਦੀ DVR ਵੀ ਆਪਣੇ ਨਾਲ ਲੈ ਗਏ ਨੇ। ਔਰ ਕੀ ਕਿਸਨੇ ਕਿਹਾ ਤੁਸੀਂ ਖੁਦ ਸੁਣ ਸਕਦੇ ਹੋ। ਹਾਂਜੀ ਸਰ, ਕੀ ਨਾਮ? ਭਾਈ ਮੇਰਾ ਨਾਮ ਮਨਵਿੰਦਰ ਕੁਮਾਰ, ਸਾਨੂੰ ਸ਼੍ਰੀ ਗੁਰਦੇਵ ਰਾਜ ਰਾਜ ਐਮ ਨੂੰ ਕਨਪੁਰ ਕਾਲਾ ਰੋਡ ਨੀਅਰ ਗੈਤਰੀ ਮੰਦਰ, ਆਪਣੀ ਸ਼ੋਪ ਹੈ ਕ੍ਰਿਸ਼ਨਾ ਇਲੈਕਟ੍ਰੋਨਿਕ ਸਟੀਲ ਫਰਨੀਚਰ ਦੀ। ਅਸੀਂ ਕੱਲ੍ਹ 8 ਵਜੇ ਦੇ ਕਰੀਬ ਇੱਥੋਂ ਫਤਿਹਗੜ੍ਹ ਗਏ ਅਤੇ ਮਗਰੋਂ ਮੈਨੂੰ ਨਾਲ ਦੀ ਦੁਕਾਨ ਦਾ ਫੋਨ ਆਇਆ ਸਵੇਰੇ ਕਿ ਤੁਹਾਡੀ ਨਾ ਟੀਨ ਬਾਹਰ ਦੀ ਡਿੱਗੀ ਹੋਈ ਹੈ, ਅਤੇ ਨਾਲ ਮੈਂ ਆਪਣੇ ਭਰਾ ਨੂੰ ਚਾਬੀ ਦੇ ਕੇ ਜਾਣਾ। ਉਹਨੂੰ ਮੈਂ ਆਖਿਆ ਮੈਂ ਘਰ ਜਾ ਕੇ ਦੇਖੋ ਚਾਬੀ ਕੀ ਗੱਲਬਾਤ, ਕੋਈ ਨੁਕਸਾਨ ਤਾਂ ਨਹੀਂ। ਉਹ ਆਏ ਆ, ਨਾਲ 2-3 ਜਾਣੇ ਹੋਰ ਆਏ ਆ, ਅਤੇ ਦੇਖਿਆ ਅਤੇ ਆਹ ਕੰਮ ਹੋਇਆ। ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਉਸ ਵੇਲੇ ਵਾਪਸੀ ਆਇਆ। ਕੀ ਵੇਖਿਆ, ਕੀ ਹੋਇਆ? ਆਣ ਕੇ ਵੇਖਿਆ ਜੀ, ਸਾਰੇ ਬਿਸਤਰੇ ਨਿਕਲੇ ਆ, ਅਲਮਾਰੀਆਂ ਟੁੱਟੀਆਂ ਪਈਆਂ, ਦਰਵਾਜ਼ੇ ਟੁੱਟੇ ਪਏ ਆ, ਸਾਰੇ ਇੱਕ ਇੱਕ ਬੈੱਡ ਸੈਟੀਆਂ ਜੋ ਵੀ ਆ ਸਾਰਾ ਕੋਈ ਫੋਲਿਆ, ਸਭ ਕੋਈ ਖਿਲਾਰਿਆ ਪਿਆ। ਕਿੰਨਾ ਨੁਕਸਾਨ ਹੋਇਆ ਭਾਈ? 5 ਲੱਖ ਰੁਪਏ ਕੈਸ਼ ਹੀ ਪਾਇਆ ਸੀ ਜੇ ਬੈੱਡ ਦੇ ਵਿੱਚ, ਅਤੇ ਬਾਕੀ ਗਹਿਣਾ ਗੱਟਾ ਜੋ ਵੀ ਆ। ਕੁਛ ਸ਼ੱਕ ਚੋ ਕਿਸੇ ਦੇ? ਭਾਈ ਸ਼ੱਕ ਹੁਣ ਗਏ ਤਾਂ ਹੈਗੇ, ਜਿੱਦਾਂ ਕੁਛ ਨਹੀਂ, ਹੁਣ ਇਹਨਾਂ ਦਾ ਕੰਮ ਹੈ ਜਿਨ੍ਹਾਂ ਨੂੰ ਅਸੀਂ ਸੌਂਪਿਆ, ਦੇਖਦੇ ਹਾਂ ਕੀ ਕਰਦੇ ਆ। ਕੁਛ CCTV ਹੈਗੀ ਭਾਈ? ਉਹ ਵੀ ਨਾਲ ਹੀ ਰਿਸੀਵਰ ਚੁੱਕੇ ਲੈ ਗਏ ਨਾਲ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਚੱਕ ਇਹੋ ਹੀ ਚਾਹੁੰਦੇ ਹਾਂ ਕਿ ਰੁਕੇ ਕੰਮ, ਇਹ ਸਾਨੂੰ ਪਤਾ ਲੱਗੇ ਕੀ ਗੱਲ ਹੋਈ ਹੈ, ਕਿਸ ਤਰ੍ਹਾਂ ਹੋਈ ਹੈ, ਤਾਂ ਘਰੋਂ ਜਾਣਾ ਫਿਰ ਦੁਬਾਰ ਹੋ ਗਿਆ ਜੀ, ਕਿਤੇ ਜਾ ਹੀ ਨਹੀਂ ਸਕਦਾ ਫਿਰ, ਬੰਦਿਸ਼ ਹੋ ਗਈ। ਇਲੈਕਟ੍ਰੋਨਿਕ ਜਿਹੜੀ ਆ ਕਾਲੇ ਘਣਪੁਰ ਰੋਡ 'ਤੇ ਦੁਕਾਨ ਆ, ਵਿੱਚ ਹੀ ਉਹਨਾਂ ਦਾ ਹੀ ਰਹਿਸ਼ ਵੀ ਆ। ਉਹਨਾਂ ਦੇ ਮੁਤਾਬਕ ਇਹ ਆ, ਘਰ ਵਾਲਿਆਂ ਦੇ ਵੀ, ਅਸੀਂ ਕੱਲ੍ਹ ਵੀ ਆਪਣੀ ਭੈਣ ਦੇ ਕੋਲ ਫਤਿਹਗੜ੍ਹ ਚੂੜੀਆਂ ਗਏ ਸੀ, ਅਤੇ ਇਹਨਾਂ ਨੇ ਦੱਸਿਆ ਵੀ ਘਰ ਦੇ ਵਿੱਚ ਚੋਰੀ ਹੋਈ ਹੈ। ਮੈਂ ਉੱਥੇ ਮੌਕੇ 'ਤੇ ਆਇਆ, ਮੈਂ ਵੈਰੀਫਾਈ ਕਰ ਰਿਹਾ, ਤਸਦੀਕ ਕਰਕੇ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨ ਦੀ। ਕਿੰਨੀ ਚੋਰੀ ਦੱਸਿਆ ਜੀ? ਅਜੇ ਕੋਈ ਫਿਲਹਾਲ ਇਹਦੇ ਬਾਰੇ ਕੋਈ ਪਤਾ ਨਹੀਂ, ਕੋਈ ਜ਼ਿਕਰ ਨਹੀਂ ਕਰ ਰਿਹਾ। ਸਮਾਨ ਚੋਰੀ ਹੋਇਆ ਜਾਂ ਪੈਸੇ ਵੀ ਚੋਰੀ? ਉਹ ਕਹਿੰਦੇ ਆ ਵੀ ਪੈਸੇ ਅਤੇ ਗਹਿਣੇ ਚੋਰੀ ਹੋਏ ਆ, ਇਹਦੇ ਬਾਰੇ ਤਸਦੀਕ ਕਰ ਰਿਹਾ, ਵੈਰੀਫਾਈ ਕਰ। CCTV ਵੀਡੀਓ? ਉਹ ਲਾਈਟ ਗਈ ਅੱਜ ਸੋਮਵਾਰ ਕਰਕੇ ਕੱਟ ਆ, ਅਤੇ ਲਾਈਟ ਆਉਂਦੀ ਆ ਫਿਰ ਲਾਗੇ ਲਾਗੇ ਜਿਹੜੇ CCTV ਕੈਮਰੇ ਉਹਨਾਂ ਨੂੰ ਚੈੱਕ ਕੀਤਾ ਜਾਏਗਾ। ਅੰਮ੍ਰਿਤਸਰ ਸਾਹਿਬ ਤੋਂ ਧਰਮਵੀਰ ਗਿੱਲ ਦੀ ਰਿਪੋਰਟ।